ਓਵਰ ਗਨੋ ਸੁਖੂ ਤੇ ਦਵਿੰਦਰ ਵਾਹ ਸਰਾ ਯਾਰ ਬਹੁਤ ਨਾੜ ਵਜਨੀਆ ਬਈ ਬੱਬੀ ਗਰਮੀ ਗੱਲ ਇੰਦਰਜੀਤ ਧਾਲੀਵਾਲ ਕੈਨੇਡਾ 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 ਸਰਾ ਯਾਰ ਮੋਰ ਅਜੇ ਹੋਰ ਬਹੁਤ ਤਗੜਾ ਬੰਨਾ ਮੈਂ ਤੇ ਵੇਦਾ ਜਾਈ ਤੇਰੀ ਹਰ ਇੱਕ ਬੋਲ ਦਾ ਥਾਪੀ ਮਾਰੂ ਮੁੰਡਾ ਮਾੜਾ ਥਾਪੀ ਉਹ ਹੋ ਜਾਂਦੇ ਕਈ ਜੋਤ ਖੱਬਾ ਬਹੁਤ ਸੋਹਣਾ ਮੈਚ ਯਾਰ ਗੁਰਪ੍ਰੀਤ ਗਿੱਲ ਬਈ ਲਾਈਵ ਤੇ ਹੋ ਜੋਤ ਖੱਬਾ ਆਇਆ ਵਿਆ ਅੱਜ ਆਊਟ ਬਾਲ ਆਊਟ ਆ ਜੀ ਦੀਪ ਸਿੰਘ ਦਾ ਬੈਨ ਗੁਰਪ੍ਰੀਤ ਗਿੱਲ ਬਾਈ ਵੱਲੋਂ 5500 ਦੀਪ ਸਿੰਘ ਦਾ ਜੱਦੀ ਹੈ ਐਨ ਬੱਲਾ ਬੱਲਾ ਹੋ ਗਈ ਮੁੰਡਿਓ ਦਵਿੰਦਰ ਗਲਤੀ ਕਰ ਗਿਆ ਨਹੀਂ ਚੱਲ ਪਿਆ ਕੰਮ ਚਾਰ ਪੁਆਇੰਟ ਹੋ ਗਏ ਦੀਪ ਸਿੰਘ ਦੇ ਗੁਰਪ੍ਰੀਤ ਚਾਰ ਜੀਰੋ ਚਾਰ ਜੀਰੋ ਚਾਰ ਜੀਰੋ ਸੌ ਬੱਬੀ ਵੱਲੋਂ ਸਾਰੇ ਵੀਰਾਂ ਦਾ ਜਸਵਿੰਦਰ ਢਿੱਲੋਂ ਵੱਲੋਂ
ਬਾਲ ਮਾਰਦੀ ਆ ਮੰਦਰ ਵਾਲੇ ਨੇ ਇਹ ਆ ਜਸਵਿੰਦਰ ਸਿੰਘ ਜੱਜ ਮਸ਼ਹੂਰ ਪਿੰਡ ਦੇ ਜ਼ਿਲ੍ਹੇ ਮੋਗੇ ਦੇ ਨੀਰੂ ਕਾਬਲਾ ਦੇ ਪਿੰਡਾਂ ਦਾ ਰੰਗ ਵਾਲਾ ਕਹਿੰਦੇ ਜੱਜ ਨੰਬਰ 6 ਦਾ ਪੰਜਵਾਂ ਜੋੜ ਗਿਆ ਆਪਣੀ ਟੀਮ ਦੇ ਲਈ ਲੈ ਯਾਰ ਵੀ ਪੰਜਵਾਂ ਹੋ ਗਿਆ ਨੂੰ ਲੱਗਦਾ ਪੰਜ ਨੰਬਰ ਲਖਵੀਰ ਕਲੱਬ ਦੇ 4-20 ਸਿੰਘ ਵਾਲੇ ਦੇ ਆਪਣੀ ਟੀਮ ਲਈ 5-4 ਇੱਧਰ 5 ਉੱਧਰ 4 ਚੱਲੀਏ ਕਰਦੇ ਨੇ ਕਮਾਲ ਗੋਈ ਇੱਧਰ ਪੰਜ ਉੱਧਰ ਚਾਰ ਆ ਜੀ
ਧਾਲੀਵਾਲ ਸਾਹਿਬ ਸਹੀ ਨਾਮ ਦੱਸਦੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਮਐਸ ਕੋਈ ਕਹਿ ਲੋ ਮਲਟੀ ਮੀਡੀਆ ਡਾਕਟਰ ਗੁਰਦੀਪ ਕਹਿੰਦਾ ਕਿਆ ਬਾਤ ਆ ਮਲਟੀ ਮੀਡੀਆ ਲੈ ਕੋਈ ਗੱਲ ਨਹੀਂ ਅੱਜ ਜਿਹੜੀ ਮੈਂ ਗੱਲਾਂ ਬਾਈ ਨੇ ਹਾਂਜੀ ਹਾਂਜੀ ਵੀਰੇ ਬਹੁਤ ਧੰਨਵਾਦ ਇੰਦਰਜੀਤ ਭਾਈ ਬਹੁਤ ਵੱਡੀ ਗੱਲ ਇਹ ਹੈ ਬਹੁਤ ਬਹੁਤ ਸ਼ੁਕਰੀਆ ਵੀਰ ਦਾ ਔਰ ਮੁੰਡਾ ਜੈਤਾਰਾ ਦਾ ਜੋਰਾ ਮਸ਼ੂਰਾ ਰਾਂਗਾ ਮੁੰਡੇ ਦਾ ਔਰ ਧਰਮੀ ਸੱਜਣੀ ਬਾਦੀ ਐਟੀਟਿਊਡ ਬੜਾ ਪਿੰਡੇ ਵਿੱਚ ਔਰ ਸਾਹਮਣੇ ਜਿਹੜੇ ਅਗਲੀ ਸਰਵਿਸ ਕਰ ਗਿਆ ਆ ਚੰਡੀਗੜ੍ਹ ਵਾਲਾ ਪਾਈ ਵੱਡੀ ਕਰਨੀ ਪੈਣੀ ਆ ਬੋੜਿਆ ਧੱਫੜ ਪਾਈ ਤੇਰੇ ਆਵਾ ਹੋਰ ਬਸ 6 ਹੋ ਗਏ ਮੇਰੇ ਗਾ ਜੀ 6-4 ਕੋਲ ਫਾਈਟਰ ਨੇ ਲਾ ਦਿੱਤੀ 7 ਹੋ ਗਏ ਇਹਨੇ ਕਾਲੀ ਮਾਰੀ ਰਾਈ ਦੀ 10 ਕਿੰਨੇ ਕਿੰਨੇ ਪੁਆਇੰਟ ਨੇ ਆਪ ਜੀ ਨੇ ਆਪ ਦੇ ਕੰਦੇ 6 ਦੀ ਟੱਕਰ ਆਪ ਨਰਿੰਦਰਪਾਲ ਖੋਸਾ ਨਰਿੰਦਰਪਾਲ ਕੀ ਹਾਲ ਵੀਰੇ ਨਰਿੰਦਰਪਾਲ ਲਾਈਵ ਸਹੀ ਚੱਲੀ ਜਾਂਦਾ ਬਾਈ ਰਾਜਦੀਪ ਨੇ ਫਿਰ ਫੈਸਲਾ ਸੁਣਾਇਆ ਹਾਲੇ ਤੱਕ ਉਦਾਂ ਦੀ ਬਾਲ ਕੋਈ ਲੱਗੀ ਨੀ ਜਿਹੜੀਆਂ ਬਾਲਾਂ ਕਰਕੇ ਤੈਨੂੰ ਦੁਨੀਆ ਸਜਦੇ ਕਰਦੀ ਆ ਆਹ ਬੁੱਢੇ ਨੂੰ ਪਤਾ ਲੱਗੇ ਹੱਥ ਸਕੂਟਰ ਦੀ ਪਿਛਲੀ ਲੈ ਕਰਕੇ ਨਾਲਾ ਕੀਤੇ ਤੇ ਤੈਨੂੰ ਵਾਲ ਕੇ ਨੂੰ ਕਿਹਨੇ ਕਹਿਣਾ ਆਹ ਮਿੱਤਰਾ ਤਿਆਰੀ ਕਰ ਲਾ ਅੰਮ੍ਰਿਤਸਰ ਅਗਲੀ ਸਰਵਿਸ ਕਰ ਗਿਆ ਬੁੱਢੇ ਵਾਲਾ ਬਿੱਲੂ ਆਹ ਤੇਰੇ ਮਿੱਤਰੇ ਭੱਜਾ ਫਿਰਦਾ ਬੜੀ ਜਾ ਰਹਾ ਪਿੰਡੇ ਚ ਜਾ ਕੇ ਬਲਾਲੀ ਖੇਡੀ ਜਾਂਦੀ ਬਾਲੀ ਵਾਲ ਦੇ ਤੇ ਚੁੱਕੇ ਨਹੀਂ ਲੱਗਦੇ ਹਾਏ ਓ ਰੱਬਾ ਹਾਏ ਓਏ ਰੱਬਾ ਮੇਰਿਆ ਮਾਲਕਾ ਗੁਰਪ੍ਰੀਤ ਸੱਪੂ ਵਾਲੀਆ ਬੱਬੀ ਉਹ ਬੁੱਢਾ ਹਰਕ ਗਿਆ ਓਏ ਉਹ ਬੁੱਢਾ ਹਰਕ ਗਿਆ ਲੋਕੋ ਓਏ ਪੱਟ ਗਈ ਦੁੜੀ ਉਹਦਾ ਪੱਟੂ ਪੱਟ ਗਈ ਜੋਤ ਗੱਬਾ ਉਹ ਬਾਂਦਰ ਵਾਲਾ ਹਾਏ ਓਏ ਰੱਬਾ ਹਾਏ ਓਏ ਰੱਬਾ ਮੇਰਿਆ ਮਾਲਕਾ ਕੈਰ ਬੈਜੋ ਲੈਣ ਛੱਡ ਕੇ ਕਾਫੀ ਟਾਈਮ ਬਾਅਦ ਰੌਣਕਾਂ ਮੀਡੀਅਮ ਦੀਆਂ ਝੋਟੀ ਵਾਲੀ ਆ ਦਵਿੰਦਰ ਗਲਤੀ ਕਰਕੇ ਮੁੰਡਾ ਬਾਲ ਆਉਣਾ ਬਣਿਆ ਪਿਆ
Ani
चालू नहीं है ब्रे हाय ओए राजदीप दा फैसला 98 साइडा चेंज 98 साइडा चेंज है जी नौ प्रदीप सिंगला केवल कमोए वधिया ब्रे वाह ओए बुढ़िया सिरा ओ मुंडियो सही गल है यार बिलकुल 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 ਵੱਡੇ ਮਾਰਾ ਜਸ਼ਨੇ ਵਰਗੇ ਭਰਾ ਬੈਠੇ ਮਰਤੀ ਦਾ ਰਾਣੀ ਬਾਈ ਵਰਗੇ ਆਹ ਛੁੱਟੇ ਦਾ ਪੰਨਾ ਪੰਨਾ ਪੁਆਇੰਟ ਪਾਈ ਪਾਈ ਸੋਦਾ ਵੱਡੇ ਮਾਰ ਨੌ ਨੰਬਰ ਟੀਮ ਸੀਗਾ ਦੀ ਟੀਮ ਨੇ ਅੱਠ ਪੁਆਇੰਟ ਦਾ ਲਗਦੀ ਕਲੱਬ ਦੀ ਟੀਮ ਨੇ ਨੌ ਤੇ ਅੱਠ ਦੀ ਟੱਕਰ ਆ ਜੋਤ ਖੱਬਾ ਬਿਲਕੁਲ 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 ਵੇਖ ਰਿਹਾ ਮੈਂ ਜੂ ਉਹ ਜੋਤ ਓਏ ਹਾਏ ਓਏ ਹਾਏ ਓਏ ਬਾਬਾ ਲਾਈਆਂ ਹੋਣੀਆਂ ਕਿਸੇ ਹੋਰ ਫਸਲਾਂ ਨੇ ਦਿੱਤਾ ਦੇ
ਸੱਤਕ ਮੈਚ ਬਾਕੀ ਹੈ ਵੀਰੇ 12 ਚਾਰ ਕੁਆਟਰ ਦੋ ਸੈਮੀ ਇੱਕ ਫਾਈਨਲ 17-18 ਬਈ ਵਾਹ 19 ਦੇ 34 ਦੀ ਗੱਲ ਉੱਧਰ ਵੀ 17-18 ਨੇ ਵਾਹ ਜੀ ਵਾਹ ਦੋ ਨੰਬਰ ਦਾ ਮੈਚ ਵੀ ਤਗੜਾ ਅੱਠ ਕੱਲੀ ਕੱਲੀ ਇੱਕ ਤੇ ਵੀ ਟਿੱਗੀ ਪਈ ਆ 13 ਨੰਬਰ ਦੀਪ ਸਿੰਘ ਵਾਲੇ ਪਿੰਡ ਦੀ ਟੀਮ ਦੇ ਓਏ ਸੁਖੂ ਓਏ ਸਰਾ ਵਾਲ ਕੰਨੋ ਦੁਨੀਆ ਕੀ ਜਾਣੇ ਉਹ ਆ ਗਿਆ ਤੂੰ ਮਨਲੀਆ ਬਿਲਕੁਲ ਬਿਲਕੁਲ ਦਵਿੰਦਰ ਬਰਾੜ ਬਾਈ ਪ੍ਰਮੋਸ਼ਨ ਹੋ ਗਈ ਬੁੱਢੇ ਦੀ ਮੁੰਡਾ ਨੈਟਮੈਨ ਸਾਮਾ ਬਹੁਤ ਸੋਹਣਾ ਪੁਆਇੰਟ ਚੇਂਜ ਲਈ ਬਾਲ ਨੇ ਮੁੰਡੇ ਨੇ ਬਹੁਤ ਮੌਕੇ ਤੇ ਸਾਰਾ ਗੱਲ ਕਨੇਡਾ ਵੈਲਕਮ ਜੀ ਸਾਥ ਵਧੀਆ ਗੁਰਪ੍ਰੀਤ ਕਹਿੰਦਾ ਦੀਪ ਸਿੰਘ ਵਾਲਾ ਜਿੱਤੇ ਚੁਰੰਜ
11 13
11-13 ਮਿੰਟ ਬਾਕੀ ਰਹਿ ਗਏ ਇਧਰੋਂ ਆਪਣੇ ਕੋਲੇ ਲਾਈਵ ਕੱਟ ਕੇ ਨਾ ਕਰਨਾ ਪੈ ਜੇ ਕਿਤੇ ਚੱਲਦੇ ਮੈਚ ਨਹੀਂ ਪਤਾ ਲੱਗਦਾ ਪਰ ਖਿਡਾਰੀ 11-13 ਹੋਏ ਇਧਰ ਬਹੁਤ ਸਿਆਣੇ ਵੀਰ ਆ ਸਾਰੇ ਦਰਸ਼ਕ ਵੀਰ ਵੱਡੇ ਮਾਰਨੇ ਜੇ ਦੀਪ ਸਿੰਘਲ ਦੀ ਟੀਮ ਫਾਈਨਲ ਜਿੱਤੇ ਡਾਕਟਰ ਕਹਿੰਦਾ ਵੀ 500 ਦੇਵਾਂਗੇ ਗੁਰਦੀਪ ਔਰ ਮੇਰੇ ਮਿੱਤਰੋ 500 ਤੇ ਕੌਣ ਮੋਹਰ ਲਾਉਂਦਾ ਵਾ ਇਹ ਤੇ ਚੈਨ ਦੱਸੇਗਾ ਦਾਸ ਤੇ ਕਹਿੰਦੇ 13 ਨੰਬਰ 11ਵਾਂ ਜੋੜ ਕਰਨ ਵਾਲਾ ਜੱਜ ਬਿਲਕੁਲ ਦੋਵੇਂ ਟੀਮਾਂ ਸਿਰਾ ਜੀ ਨੋ ਡਾਊਟ ਮੈਂ ਪਹਿਲਾਂ ਕਹਿ ਕੇ ਹੜਿਆ ਹਜੇ ਕੋਈ ਪਤਾ ਨਹੀਂ ਕਿਹਨੇ ਜਿੱਤਣਾ ਕਿਹਨੇ ਹਾਰਨਾ ਨਜ਼ਾਰੇ ਲਓ ਸਾਰੇ ਵੀਰ ਗਰਾਊਂਡ ਦੀ ਤਰਵੀਰ ਬਣ ਕੇ ਸਾਰੇ ਵੀਰ ਬੜੇ ਸਰਕਾਰੀ ਹੋ ਗਏ ਤੁਸੀਂ ਬੜਾ ਵਧੀਆ ਮੇਲਾ ਭਰਾ ਬਣ ਕੇ ਆਓ ਸਾਹਮਣੇ 13-14 ਮੁੰਡਾ ਕੁਸ਼ਤੀਆਂ ਦੇ ਪਿੰਡ ਦਾ ਪਰ ਸੁਨੇਹ ਸ਼ਾਲਾ ਬਾਲਾ ਪਕੜੀਆਂ ਮੋੜਦਾ ਦਮ ਰੱਖਦਾ ਚੰਡੀਗੜ੍ਹ ਵਾਲੇ ਤੋਂ ਗੱਜਣਾ ਪੈਣਾ ਵਾਪਰਾ ਦਾ ਮੇਰੀ ਧਾਲੀਵਾਲ ਬਾਈ ਗੁਰਦੀਪ
चल जान दे कोई नहीं ओ कोई नहीं प्यार ना समझा दो यार कोई नहीं कहीं यार पीती खा दे आह पता की ना जा यार कोई नहीं कोई नहीं मैच करना तो कोई मैच करा उधर तो बाहर उधर सारे अपन लाइव कट के कर दे बे बने रहो लाइव नाल लाइव कट के कर दे बहुत बहुत धन्यवाद थैंक यू सो मच हां जी हां जी बे वेलकम वेलकम जी वेलकम वेलकम आदाब नमस्कार सत श्री अकाल स्वागत है जी दोबारा फिर सारे भ्रावां दा ਵਾਲੀਵਾਲ ਸ਼ੂਟਿੰਗ ਨੂੰ ਫਾਇਰ ਫੇਸਬੁੱਕ ਪੇਜ ਤੇ ਜਸਵਿੰਦਰ ਢਿੱਲੋਂ ਵੱਲੋਂ ਸਵਾਗਤ ਹੈ ਜੀ ਪ੍ਰੀ ਕੁਆਟਰ ਚੱਲਦਾ ਹੋਇਆ ਮੈਚ ਦੀਪ ਸਿੰਘ ਵਾਲਾ ਵਰਸ ਸਲੇਮ ਸ਼ਾ ਇੱਧਰ 14 ਪੁਆਇੰਟ ਉਧਰ ਉਹ ਖੇਡੋ ਯਾਰ ਇੱਧਰ 14 ਉਧਰ 11 ਕੋਈ ਨਹੀਂ ਨਾ ਬੋਲੋ ਬਾਈ ਹਾਂ ਨਹੀਂ ਸਹੀ ਹੈ 14 11 ਜੀ ਮੇਰੇ ਖਿਆਲ 'ਚ ਲਾਈਵ ਆਪਾਂ ਨੂੰ ਕੱਟ ਕੇ ਕਰਨਾ ਪੈਣਾ ਹੀ ਸੀਗਾ ਵੀਰੇ ਟਾਈਮ ਮਿਲ ਗਿਆ ਆਪਾਂ ਨੂੰ ਸਮਾਂ ਮਿਲ ਗਿਆ ਲਾਈਵ ਕੱਟਣ ਦਾ ਕੱਟਣਾ ਹੀ ਪੈਣਾ ਸੀਗਾ ਨਹੀਂ ਕੰਮ ਗਲਤ ਹੋ ਜਾਣਾ ਲੱਖਿਆ ਝੱਖ ਡਾਲੀਆ ਲੱਖਾ ਵੀ ਆਇਆ ਯਾਰ ਸਾਡਾ ਚੇਚੇ ਤੌਰ ਤੇ ਨਾਨਕੇ ਪਿੰਡ ਨਾ ਨਾ ਬਾਈ ਗਾਲਾ ਨਾ ਕੱਢੋ ਵੀਰੇ ਚੌਦਾਂ ਗਿਆਰਾਂ ਵੀਰੇ ਮੇਰੇ ਗੱਲ ਚੌਦਾਂ ਗਿਆਰਾਂ ਜੀ ਰਮਨਦੀਪ ਹਾਂ ਸਹੀ ਗੱਲ ਹੈ ਰਮਨਦੀਪ ਤੂੰ ਤਾਂ ਸਹੀ ਕਿਹਾ ਸੀ ਨਿਕਲ ਡਾਕਰ ਹਾਂਜੀ ਹਾਂਜੀ ਮੈਚ ਹੈਗਾ ਵੀਰੇ 17 ਨੰਬਰਾਂ ਦਾ ਇੱਧਰ 14 ਮੇਰੇ ਖਿਆਲ 'ਚ ਉੱਧਰ 11 ਹੈ ਉਹ ਬੱਲੇ ਮੁੰਡਿਓ ਗਿਆਰਾਂ ਚੌਦਾਂ ਚੇਂਜ ਕੁਆਟਰ ਦੀਆਂ ਡਾਈਆਂ ਪੈ ਗਈਆਂ ਬਾਈ ਗਿਆਰਾਂ ਚੌਦਾਂ ਚੇਂਜ ਬਿਲਕੁਲ ਬਿਲਕੁਲ 11-14 ਮੇਰੇ ਖਿਆਲ 'ਚ ਇੰਦਰਜੀਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜਸਵਿੰਦਰ ਢਿੱਲੋਂ ਵੱਲੋਂ ਸਵਾਗਤ ਆ ਬਾਈ ਇਹ ਕੀ ਸਾਕਦਾ ਹੁੰਦਾ ਪੈਗ ਵਾਲੇ ਬੰਦੇ ਦਾ ਕੀ ਸਾਕਦਾ ਹੁੰਦਾ ਮੈਂ ਤਾਂ ਪੁੱਛੀ ਨਹੀਂ ਕਦੇ ਨਾ ਭਰਾਵਾ ਮੈਂ ਤਾਂ ਰੋਜ਼ ਹੀ ਭੈਣ ਨੂੰ ਚਿੱਤਰ ਕਰਦਾ ਹਾਂ ਲੱਖੇ ਆਪਾਂ ਤਾਂ ਨਹੀਂ ਪੀਤੀ ਕਦੇ
ਸਹੀ ਗੱਲ ਹੈ ਨਾ ਇਹ ਮੁੰਡੇ ਮੈਨੂੰ ਕਹਿੰਦੇ ਲੜਦਾ ਨਹੀਂ ਢਲਣਾ ਕਿਸੇ ਨਾਲ ਮੈਂ ਤਾਂ ਲੜਿਆ ਕਦੇ ਪੰਡ ਸ਼ੋਕ ਬਾਈ ਕੀ ਹਾਲ ਚਾਲ ਹੈ ਨਹੀਂ ਆਪਾਂ ਲੜੇ ਨਹੀਂ ਕਦੇ ਨਾ ਗਦਰੀ ਮਚਾਇਆ ਬਸ ਕੱਲਾ ਗਦਰੀ ਮਚਾਇਆ ਆ ਗਿਆ ਢਲੋਂ ਤੇ ਉੱਠ ਗਿਆ ਢਲੋਂ ਉਹ ਬੱਲੇ ਦਵਿੰਦਰ ਬਈ ਟੀਮਾਂ ਦੋਵੇਂ ਐ ਤਕੜੀਆਂ ਸਹੀ ਗੱਲ ਆ ਉਹ ਬੰਦੇ ਬਾਈ ਦੀ ਗੱਲ ਸਿਆਣੀ ਹੈ ਉਹ ਬਾਈ ਦੀ ਗੱਲ ਬਈ ਯਾਰ ਹਾਂ ਸਾਰਾ ਪਿੰਡ ਉਹ ਕਹਿੰਦਾ ਮਾਣ ਸਤਿਕਾਰ ਕਰਦਾ ਪੀਤੀ ਖਾਧੀ ਚ ਹੋ ਜਾਂਦਾ ਕਈ ਵਾਰੀ ਨਾ ਬਾਈ ਉਹ ਨਾ ਯਾਰ ਉਹ ਕਾਹਦੇ ਪਿੱਛੇ ਲੜਦੇ ਉਹ ਕੋਈ ਨੀ ਕੋਈ ਨੀ ਕੋਈ ਨੀ ਬਾਈ ਆ ਜਾ ਤੂੰ ਇੱਧਰ ਹਾਂ ਤੂੰ ਬਹਿ ਜਾ ਬਾਈ ਯਾਰ ਕੋਈ ਨੀ ਹੋਰ ਯਾਰ ਉਹ ਬਾਈ ਉਸਤਾਦ ਉਹਨੂੰ ਕਹਿ ਬਾਲੋ ਯਾਰ ਤੂੰ ਬਹਿ ਜਾ ਪਤੰਦਰਾ ਤੇਰਾ ਇੰਨੀ ਵਧੀਆ ਤੇਰੀ ਰਿਸਪੈਕਟ ਆ ਹਨਾ ਵੀ ਕਾਹਦੇ ਪਿੱਛੇ ਲੜੀ ਜਾਂਦਾ ਯਾਰ ਤੂੰ ਉਹ ਕਾਹਦੇ ਪਿੱਛੇ ਯਾਰ ਉਹ ਨਾ ਯਾਰ ਪਿੰਦੇ ਪਿੰਦੇ ਭਰਾ ਠੰਡੇ ਰਹੋ ਮਾੜਾ ਠੰਡੇ ਰਹੋ ਕੋਈ ਨੀ ਕਈ ਵਾਰੀ ਪੀਤੀ ਹੁੰਦਾ ਪੀਤੀ ਖਾਧੀ ਵਾਲਾ ਬੰਦਾ ਯਾਰ ਕੋਈ ਚੱਕਰ ਨਹੀਂ ਮਾਰਨੀ ਮਾਰਨੀ ਉਹ ਥੋੜੀ ਉਹਦੇ ਬੰਦੇ ਦੇ ਵਿਚਾਰੇ ਉਹ ਫਿਰ ਉਹਨੂੰ ਕਹਿ ਦਿਓ ਪਾਸੇ ਫਿਰ ਤਾਂ ਮਾੜੀ ਗੱਲ ਯਾਰ ਅੱਛਾ ਮਾੜੀ ਗੱਲ ਹੈ ਫਿਰ ਤਾਂ ਯਾਰ ਇੱਕੋ ਹੀ ਬੰਦਾ ਇੰਨਾ ਵਧੀਆ ਟੂਰਨਾਮੈਂਟ ਕਰੀ ਜਾਂਦਾ ਯਾਰ ਸਹੀ ਗੱਲ ਉਹੀ ਤਾਂ ਮੈਂ ਗੱਲ ਕਰਦਾ ਚਲੋ ਬੁੱਢੇ ਬੁੱਢੇ ਚਲੋ 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 ਬਾਈ ਬਾਈ ਗੁਰਮੀਤ ਦੇਖੀ ਕੁਝ ਬਾਅਦ ਦੱਸਦੇ ਆ ਇੱਕ ਮਿੰਟ ਚੱਲ ਪਿਆ ਚੱਲ ਪਿਆ ਮੈਂ ਖੜਦੇ ਖੜਦੇ ਪਾਣ ਉਧਰੋਂ ਪਾਣ ਕਿੰਨੇ ਯਾਰ ਪਤਾ ਕੁਛ 14-12 ਉਹ ਫੇਰ ਆ ਗਿਆ ਯਾਰ ਉਹ ਫੇਰ ਆ ਗਿਆ ਲੈ ਬਾਈ ਲੈ ਜਾਓ ਖਾਂ ਬਾਈ ਨੂੰ ਬਾਹਰ ਯਾਰ ਲੈ ਜਾਓ ਖਾਂ ਯਾਰ ਬਾਈ ਹੋ ਜਾ ਕਮਰਾ ਸਾਈਡ ਤੇ ਯਾਰ ਉਸਤਾਦ ਦੱਸ ਯਾਰ ਚੱਲ ਕਾਹਦੇ ਪਿੱਛੇ ਕਾਹਦੇ ਪਿੱਛੇ ਲੜਨਾ ਸੀਗਾ ਯਾਰ ਸਾਨੂੰ ਪਤਾ ਯਾਰ ਕਰੋ
ਸਾਰੇ ਛੋਟੇ ਕਿਸੇ ਆਪਣੇ ਕਮੇਟੀ ਦੇ ਨੰਬਰ ਵਾਲੇ ਜਿਹੜੇ ਛੋਟੇ ਜੀ ਰੈਫਰੀ ਬਾਹਰ ਨੂੰ ਬਈ ਗਰਾਊਂਡ ਤੇ ਆ ਰਿਹਾ ਗਰਾਊਂਡ ਤੇ ਨਾ ਟੱਪੂ ਰਿਹਾ ਮੈਚ ਚਲਾਓ ਤੁਸੀਂ ਗਰਾਊਂਡ ਤੇ ਆਓ ਜੀ ਗਰਾਊਂਡ ਤੇ ਬਾਹਰ ਆ ਰਿਹਾ ਜੀ ਇਹਨੂੰ ਨਾ ਲਾ ਨਾ ਲਾ ਕਿੱਥੇ ਰਹਿ ਮੜਾ ਪ੍ਰਾਪਲ ਮੈਚ ਚਲਾਓ ਤੁਸੀਂ ਬਾਹਰ ਬਾਹਰ ਨੂੰ ਕਰ ਲੈ ਨੂੰ ਹਟ ਜਾ ਹੁਣ ਪਰੇ ਕਰ ਓਹੋ ਸੌਰੀ ਯਾਰ ਵੈਰੀ ਸੌਰੀ ਯਾਰ ਪਿੱਛੇ ਰਹਿ ਗਿਆ ਅਦਾਨ ਜੀ ਮੈਂ ਵੀ ਅਸਲ ਮਾਰੇ ਰੈਫਰੀ ਸਾਹਿਬ ਤੁਸੀਂ ਵੈਰੀ ਸੌਰੀ ਯਾਰ ਚਲੋ ਹਾਂ ਕਿਹੜਾ ਕੋਸੀ ਰੋਕ ਕੇ ਰੱਖੀ ਸਾਲਿਆ ਬੰਦਾ ਚਲੋ ਯਾਰ ਬੁੱਢੇ ਬਾਰਾਂ ਚੌਦਾਂ ਜੀ ਕਿਆ ਹੋਰ ਯਾਰ ਉਹ ਇਕੱਲਾ ਹੀ ਨੀ ਸੀ ਸੈੱਟ ਹੁੰਦਾ ਗੁਰਦਾਸ ਕੋਸਾ ਤੇਰੀ ਤੈਨੂੰ ਤੇਰੀ ਗੱਲ ਮੰਨ ਲੂਗਾ ਬਾਈ ਤੂੰ ਕਹਿ ਯਾਰ ਓਕੇ 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 ਨਹੀਂ ਸਰ ਤੈਨੂੰ ਪਿਆਰ ਹੈ ਜੀ ਮੈਂ ਉਹਨਾਂ ਦਾ ਆ ਸਕਦਾ ਜੀ ਇੱਕ ਖਿਡਾਰੀ ਦੇ ਤੋਂ ਵੀ ਮੈਂ ਤਾਂ ਕੁਆਟਰ ਦੀਆਂ ਟਾਈਆਂ ਪਾਉਣ ਲੱਗਿਆ ਜੀ ਉਧਰ 12 ਮੇਰੇ ਖਿਆਲ 'ਚ ਇੱਧਰ 14 ਰਾਜ ਸਤਨ ਨਹਿੜੀ ਵਧੀਆ ਵਧੀਆ ਸਤਨ ਵਾਹ ਮੁੰਡਿਆ ਸੁਰਿੰਦਰ ਸਿਰਸਾ ਪੂਰਾ ਸਵੀਮੀ ਆ ਮੰਦੋ ਨੇ ਬਾਬਾ ਭਾਲ ਲਿਆ ਰਾਣਾ ਬਾਬਾ ਲੱਭ ਰਿਹਾ ਮਿੰਦੋ ਨੇ ਵਾਹ ਮੁੰਡਿਆ ਕੁਆਟਰ ਮੈਚ ਕੱਟਿਆਲੀ ਤੇ ਫਰੋਸ਼ਾ ਬੀ ਜਨੀਤ ਭਰਾ ਪਹਿਲਾ ਕੁਆਟਰ ਇੰਦਰਜੀਤ ਦੇ ਪੁਆਇੰਟ ਦੱਸਦੇ ਬਾਈ ਧਾਲੀਵਾਲ ਬਾਈ ਉਧਰ 12 ਇੱਧਰ 14 ਮੇਰੇ ਖਿਆਲ ਚ 12 14 ਹੀ ਹੈ ਜਿਹੜਾ 2 ਨੰਬਰ ਤੇ ਮੈਚ ਚੱਲਦਾ ਕਾਨਿਆਲੀ ਤੇ ਟੋਂਡੇ ਦੀ ਜਿੱਤੂ ਖੇਡੂਗੀ ਜੰਗ ਵਾਲੇ ਬਿੱਟੂ ਦੀ ਟੀਮ ਦੇ ਨਾਲ ਮਾਨਾ ਦਾ ਮੈਚ ਕਿੱਥੇ ਜਾਣਾ ਹੈ ਮਾਨਾ ਦਾ ਮੈਚ ਇਹ ਜਿਹਦੇ ਨਾਲ ਮੈਚ ਤੇ ਜਿਹੜਾ 1 ਨੰਬਰ ਤੇ ਜਿੱਤੇਗਾ ਉਹਦਾ ਮੈਚ ਹੋਊਗਾ ਲੈ ਆ ਮੈਂ ਰੋਸ਼ਾ ਬੀ ਦੀ ਟੀਮ ਤੇ ਕੱਟਿਆਲੀ 1 ਨੰਬਰ ਦੇ ਨੇੜੇ ਆ ਜਾਊਗੀ ਅਗਲਾ ਮੈਚ ਫਰੋਸ਼ਾ ਬੀ ਤੇ ਕੱਟਿਆਲੀ ਆਏ ਓਏ ਮੇਰੇ ਮਾਲਕਾ ਨਿਕਲ ਗਈ ਅੱਗ ਕੁਆਟਰ ਚ ਇੱਕ ਨੰਬਰ ਦੇ ਨੇੜੇ ਫਰੋਸ਼ਾ ਬੀ ਦੇ ਕੱਟਿਆਲੀ ਦੋਵੇਂ ਟੀਮਾਂ ਬਿਲਕੁਲ ਰੈਡੀ ਰਹਿ ਵਾਰਮ ਅਪ ਕਰ ਲੈਣ ਆਪਣੇ ਆਪ ਨੂੰ ਨਾਲ ਦੀ ਗਰਾਊਂਡ ਚਲਣੀਆਂ ਚਾਹੀਦੀਆਂ ਦੋਵੇਂ ਟੀਮਾਂ ਸਾਡੀ ਬੇਨਤੀ ਆ ਕੱਟਿਆਲੀ ਦਵਿੰਦਰ ਬਰਾੜ ਕਲੱਬ ਔਰ ਗੁਰਦੀਪ ਗਿੱਲ ਮੇਜਰ ਭੂਰ ਕਲੱਬ ਫਰੋਸ਼ਾ ਬੀ ਇਹ ਦੋਵੇਂ ਟੀਮਾਂ ਜਿਹੜੀਆਂ ਇੱਕ ਨੰਬਰ ਦੇ ਬਿਲਕੁਲ ਨੇੜੇ ਰਹਿਣ ਬਾਈ ਲਾਈਵ ਸੈੱਟ ਆਪਣਾ ਟੁੱਟੀ ਵਾਲਾ ਤੇ ਜਨੇ ਲਾਈਵ ਸੈੱਟ ਆ ਵੀਰੇ ਦੱਸਿਓ ਕਮੈਂਟ ਕਰਕੇ ਭਰਾ ਆਪਣੇ ਆ 14 12 ਨੇ ਪੁਆਇੰਟ ਸਰਵਿਸ ਕੇ ਦਰਾ ਦੀਪ ਸਿੰਘ ਵਾਲੇ ਦੀ ਅਗਲਾ ਮੈਚ ਵੀ ਇਧਰੋਂ ਸਰਵਿਸ ਬਾਲੀ ਲਾਟ ਵੱਜਣੀ ਆ ਵੀਰੇ ਸਰਵਿਸ ਕੀਤੀ ਆ 12 ਤੇ ਕਹਿੰਦੇ 14 ਦੀ ਟੱਕਰ ਆ ਮੇਰੇ ਮਿੱਤਰੋ ਲੰਬੇ ਟੈਰ ਤੇ ਕਹਿੰਦੇ ਮੁਕਾਬ ਵਿੱਚ ਬਣੀਆਂ ਹੋਈਆਂ ਨੇ ਦੋਵੇਂ ਟੀਮਾਂ ਟੌਰ 12 ਤੇ 13 ਕਰਦਾ ਟੌਰ 14 ਤੇ 17 ਔਰ ਕਿਹੜਾ ਖਿਡਾਰੀ ਦਾ
ਓਕੇ ਓਕੇ ਹਰ ਬੱਬੀ ਬਾਈ ਸੁੱਖਾ ਤੇ ਮਿੰਦੋ ਸੁੱਖਿਆ ਅੰਮ੍ਰਿਤਸਰ ਦੇ ਬਾਗ ਲਾਵੇ ਦਿਆਰਾ ਪੂਰਾ ਦੁਨੀਆ ਨੇ ਓਏ ਸਾਰੇ ਗੱਲਾਂ ਲੱਗਣਗੀਆਂ ਟਿਕਾਣੇ ਪਰ ਬਾਗ ਜਿਹੜੀ ਸਾਊ ਹੈ ਅਜੇ ਤਾਂ ਫੋਟੋਰੀ ਤੇ ਤੀਸ ਸਿੰਘਾਂ ਦੇ ਖਾਤੇ ਜੁੜ ਗਈ ਆ ਜਾਂ ਤਾਂ ਇਹਦਾ ਸਦਾ ਸੋਨਾ ਥੋੜਾ ਦਿੰਦਾ ਪਰ ਮਿੰਦੋ ਵਰਗੇ ਤੇਜਾ 14 ਤੇ 12 ਕੀ ਬਾਤ ਹੈ ਇੰਦਰਜੀਤ ਬਾਈ ਵਰਗੇ ਆਹ ਉਧਰਲੇ ਪਾਸੇ ਮੇਰੇ ਮਿੱਤਰੋ ਗੱਲਾਂ ਲੱਗ ਰਹੀਆਂ ਟਿਕਾਣੇ ਹਰ ਇੱਕ ਨੰਬਰ ਦੇ ਵੱਡੇ ਵੱਡੇ ਨਾਂ ਹੋਣਗੇ ਸਿੱਧੂ ਖੇਡੀ ਜਾਂਦਾ ਵੀਰੇ ਪਾਲੀ ਸਾਈਡ ਉਧਰ ਬਲਵਿੰਦਰ ਕੰਬੋਜ ਇੰਦਰਜੀਤ ਧਾਲੀਵਾਲ ਬਾਈ ਸੋਨਾ ਭੰਗੂ ਬਹੁਤ ਧੰਨਵਾਦ ਜੀ ਬਾਰਾਂ ਚੌਦਾਂ ਚੇਂਜ ਆ ਬਾਈ ਅਗਲਾ ਦਿਨ ਆ ਗਿਆ ਹੁਣ ਜਨੇਰੀਆਂ ਵਾਲਿਆ ਔਰ ਦੇਖ ਲਾ ਸਾਹਮਣੇ ਪਹਿਲਾਂ ਗਿਆ ਸੀ ਕੋਈ ਪਤਾ ਨੀ ਕੀ ਬਣਨਾ 13ਵਾਂ ਵਾਰਡ ਲੱਗ ਗਿਆ 13-14 13 ਤੇ 14 ਦੀ ਟੱਕਰ ਜੈਵਾਲ ਦੀ ਸਰਵਿਸ ਕਰ ਗਿਆ ਜੇ 14-14 ਹੋਵੇ ਗੁਰਦੀਪ ਤੈਨੂੰ ਪਤਾ ਫਿਰ ਫਾਈਟਰ ਦਾ ਆਹੇ 14-14 ਤੇ ਤੈਨੂੰ ਪਤਾ ਫਿਰ ਸੁਨੇਹ ਸ਼ਾਹ ਕੀ ਕੁਝ ਕਰਦਾ ਲਾਸਟ ਤੇ ਆ ਕੇ ਔਰ ਮੇਰੇ ਮਿੱਤਰਾ ਟਿਕਾਣੇ ਲਾਉਣੀ ਪੈਣੀ ਹੈ ਫਿਰ ਦੇ ਬਾਹਰ ਵਿੱਚ ਬੱਲੇ ਬੱਲੇ ਹੋ ਰਹੀ ਆ ਪੀਲਾ ਪੈਰ ਬਿਲਕੁਲ ਠੀਕ ਹੈ ਰਾਜ 14-13
14 13 ਚ 14 ਤੇ 13 ਆ ਉਹ ਬੁੱਢਿਆ ਕੀ ਬਾਤ ਹੈ ਦੋਵੇਂ ਟੀਮਾਂ ਦਾ ਜੋਰ ਬਈ ਅੱਜ ਦੀ ਚਾਬੀ ਕਿਸੇ ਨੂੰ ਮਿਲੇਗਾ ਦੇ ਦਿਓ ਜੀ ਹਾਂ ਮੇਰੇ ਵੀਰੋ ਅੱਜ ਦੀ ਚਾਬੀ ਜੇ ਕਿਸੇ ਵੀਰ ਭਰਾ ਨੂੰ ਮਿਲੇ ਤਾਂ ਜ਼ਰੂਰ ਪਹੁੰਚਦੀ ਕਰ ਦਿਓ ਬੱਲੀ ਆਇਆ ਫਿਰੋਜ਼ਪੁਰੀਆ ਆਹ ਸਾਹਮਣੇ ਮੇਰੇ ਮਿੱਤਰ ਭਰਾ ਸਾਡਾ ਫਿਰੋਜ਼ਪੁਰੀਏ ਬੜਾ ਪਿਆਰ ਕਰਦੇ ਖੇਡ ਵਾਲੀ ਵੱਲ ਨੂੰ ਬੱਲੀ ਵਰਗੇ ਯਾਰ ਪੁਰਾਣੇ ਵਧੀਆ ਵਧੀਆ ਵੀਰੇ ਨਾਪਰੀ ਸਰਾ ਕੀ ਹਾਲਾ ਨਾਪਰੀ ਤੋਂ ਜੱਟ ਵਾਲਿਆਂ ਦਾ ਕਹਿੰਦੇ ਗੁਰਬੀਰ ਸਿੰਘ ਬੁੱਢਾ ਕੋਸ਼ਿਸ਼ ਕਰ ਰਿਹਾ ਪਰ ਰਾਜਦੀਪ ਨੇ ਫੈਸਲਾ जिथे साडी लगी है लगी रहने तेरह जून छब्बी है छब्बी रहने ਬਿਲਕੁਲ ਬਿਲਕੁਲ ਦੋਵੇਂ ਟੀਮਾਂ ਨੇ ਫੁੱਲ ਫਾਈਟ ਕੀਤੀ ਆ ਬਈ ਪਤਾ ਕੋਈ ਨੀ ਜਿਤਨਾ ਕੀ ਨੇ ਬਈ ਅਜੇ ਵੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਕੋਈ ਪਤਾ ਨੀ ਕੀ ਨੇ ਜਿਤਨਾ ਇੱਧਰ 14 ਉੱਧਰ 13 ਕਲੋਜ਼ ਫਾਈਟਰ ਭਾਕਾ ਹੀ ਫਾਈਟ ਕਰ ਰਿਹਾ ਨੋ ਡਾਊਟ ਬੱਬੀ ਦਾ 500
ਬੁੱਢੇ ਦਾ ਦਵਿੰਦਰ ਦਾ ਸੌਰੀ ਗੁਰਪਿਆਰ ਮੇਰੇ ਤੇ ਆ ਆ ਗੁਰਪਿਆਰ ਜੀ ਤਿਆਰੀ ਕਰ ਲਾ ਮਿੱਤਰਾ ਬੁੱਢੇ ਦੀ ਅੱਖ ਤੇਰੇ ਤੇ ਲੱਗਦੀ ਆ ਔਰ ਕੌਣ ਦਿਲਜੀਤ ਕੋਠਾ ਗੁਰੂ ਪਿੰਦਰ ਨਹੀਂ ਆਇਆ ਵੀਰੇ ਜਿਦੇਵ ਸਿੰਘ ਵਧੀਆ ਵਧੀਆ ਜਿਦੇਵ ਲਾ ਜੀ ਵਾਹ ਨਹੀਂ ਉਰੀਸਾ ਗੁਰਬੀਰ ਸਿਆ ਕੋਈ ਗੱਲ ਨਹੀਂ ਬਿੱਲੂ ਬੋੜੇ ਵਾਲਿਆ ਕਾਬੂ ਰੱਖ ਦੇ ਬਾਤਾਂ ਤੇ ਤਾਰੀ ਬਾਲੀਆਂ ਫਿਰ ਬੜ ਜੂਗੀ ਪਰ ਜਦੋਂ ਜ਼ੋਰ ਲੱਗਾ ਵੇ ਨਾ ਉਦੋਂ ਨੀਂਗੇ ਚ ਬਾਤਾਂ ਦੀ ਕਾਬੂ ਰਹਿੰਦਾ ਉਧਰ ਦੋ ਨੰਬਰ ਕੁੜੀ ਤੋਪ ਦੇ ਕਾਮਿਆਂ ਦੀ ਵੱਡੀ ਟੱਕਰ ਹੈ ਔਰ ਸਾਹਮਣੇ ਗੱਲਾਂ ਹੋ ਰਹੀਆਂ ਨੇ ਇੱਕ ਨੰਬਰ ਦੇ ਨੇੜੇ ਫਰੋਸ਼ਾ ਬੀ ਦੇ ਟੱਪਿਆਂ ਦੀ ਜਿਹੜਾ ਇੱਕ ਬਾਗ ਮੈਚ ਉਹਨੇ ਵੀ ਦੁੱਖ ਤੋੜ ਲਿਆ ਔਰ ਮੇਰੇ ਮਿੱਤਰੋ ਭੁੱਟੀ ਵਾਲੇ ਦਾ ਮੈਚ ਖੇਡਿਆ ਜਾਣਾ ਜਨੇਬ ਕੁੜੀ ਦੇ ਨਾਲ ਆਹ ਮੈਚ ਇਸ ਤਰ੍ਹਾਂ ਲੱਗ ਜਾਣਾ ਜੀ ਐਂਡ ਮੈਚ ਬਣ ਗਿਆ ਜਿੱਤ ਗਿਆ ਤੇ ਗਿੱਲੇ ਚੇਂਜ ਐਵਰੇ 13 14 ਫੇਰ ਚੇਂਜ ਸਭ ਤੋਂ ਪਹਿਲਾਂ ਆਏ ਆ ਤੇ ਗਿੱਲਾ ਸੁੱਤੀ ਬੈਠਾ ਤੇ ਫਾਈਨਲ 13 14 ਚੇਂਜ ਹੈ ਜੀ ਸਭ ਤੋਂ ਲੇਟ ਜਾਣਾ ਔਰ ਸਾਹਮਣੇ ਮੇਰੇ ਮਿੱਤਰੋ ਗੱਲਾਂ ਹੋਣਗੀਆਂ ਜਿਹੜਾ ਉਧਰੋਂ ਜਿੱਤ ਗਿਆ ਉਹਨੂੰ ਜੰਡਲੀਏ ਡੀਗਦੇ ਆ ਬਿੱਟੂ ਦੀ ਟੀਮ ਹੈ ਹੈਲੋ ਵਿੱਕੀ ਆ ਹੈਲੋ ਵਿੱਕੀ ਲੈਣੀ ਸੁਣ ਜੋ ਵਿੰਦਰ ਕੀ ਕਹਿੰਦਾ ਕਰੋ ਜੀ ਸਰਵ ਬਾਈ ਜੀ ਹਾਂਜੀ ਬੁੱਢਾ ਜੀ ਟਾਈਮ ਆਊਟ ਆਨ ਓਵਰ ਵੀ ਕਰ ਦਿਓ ਇੱਧਰ ਆ ਜਾ ਜੀ ਸਾਡਾ ਵੀਰ ਇੰਗਲੈਂਡ ਵਾਲਾ ਨਾਲ ਮੋਹ ਸਾਡਾ ਚਾਚਾ ਯੁਗੇ
ਸ਼ੁਕਰੀਆ ਮਹਾਰਾਜ ਜੀ ਬਾਬਿਓ ਖਿੱਚ ਕੇ ਰੱਖੋ ਕੰਮ ਨੂੰ ਮਾੜਾ ਸ਼ੇਅਰ ਕਰ ਦਿਓ ਇੱਕ ਕਰੀ ਅਗਲਾ ਮੈਚ ਤਾਂ ਹੋਰ ਵੀ ਐਨ ਅੱਗ ਦੀ ਲਾਟ ਬਹੁਤ ਤਕੜਾ ਮੈਚ ਫਿਰੋਜ਼ਸ਼ਾਹ ਬੀ ਤੇ ਕੱਟਿਆਂ ਵਾਲੀ ਕੁਆਟਰ ਮੈਚ ਅਗਲਾ ਮੈਚ ਵੀ ਬਾਹਲਾ ਤਕੜਾ ਮੈਚ ਮਾਨਾਂ ਵਾਲਾ ਵੀ ਬਹੁਤ ਤਕੜਾ ਵਿਸ਼ਾਲ ਬਰਾੜ ਸਹੀ ਗੱਲ ਹੈ ਵਿਸ਼ਾਲ ਗੱਲ ਤੇਰੀ ਸਹੀ ਹੈ ਲਖਵਿੰਦਰ ਜਟਾਣਾ ਥੈਂਕ ਯੂ ਜਟਾਣਾ ਬਾਈ ਜਿੱਦੇ ਬਾਈ ਬਿਲਕੁਲ ਬਿਲਕੁਲ ਬਾਬਾ ਮੇਹਰ ਕਰੇ ਮਤਲਬ ਅੰਡਰਸਟੈਂਡ ਜੀ ਚੌਦਾਂ ਵੀਰੇ ਸਤਾਰਾਂ ਨੰਬਰਾਂ ਦੀ ਗੇਮ ਹੈ ਫੋਰਟੀ ਨੀਚ ਹੋਵੇਗਾ ਤੇ ਕਹਿੰਦੇ ਭੁਈ ਭੰਡਦਾ ਦੀਪੀ
14 16 ਮੌਕਾ ਮਿਲ ਗਿਆ ਟੀਮ ਨੂੰ ਇਧਰੋਂ 14
ਸੁਰਿੰਦਰ ਕਮੋਲ ਸਿਰਸਾ ਵਧੀਆ ਵਧੀਆ ਸੁਰਿੰਦਰ